ਹਾਂਜੀ ਦੋਸਤੋ ਪੰਜਾਬੀ ਡਿਕਟੇਸ਼ਨ ਸਪੀਡ 80 400 ਸ਼ਬਦ 5 ਮਿੰਟਾਂ ਦੇ ਵਿੱਚ ਡਿਕਟੇਟ ਕਰਾਂਗੇ ਹਾਂਜੀ ਆ ਰੈਡੀ ਸਟਾਰਟ ਇਸ ਤੋਂ ਇਲਾਵਾ ਆਧੁਨਿਕ ਰਿਕਾਰਡ ਰੂਮ ਸਥਾਪਤ ਕਰਨ ਦਾ ਕੰਮ ਵੀ ਮੁਲਾਂਕਣ ਹੋਣ ਦੇ ਨੇੜੇ ਹੈ ਡੰਡੀ ਸਾਡੀ ਸਰਕਾਰ ਨੇ ਪਾਣੀ ਅਤੇ ਸੀਵਰੇਜ ਪ੍ਰਬੰਧਨ ਜਾਇਦਾਦ ਟੈਕਸ ਵਪਾਰ ਲਾਇਸੈਂਸ ਜਨਤਕ ਸ਼ਿਕਾਇਤ ਨਿਵਾਰਨ ਫਾਇਰ ਸਰਵਿਸਿਜ਼ ਫਟਕਲ ਪ੍ਰਾਪਤੀਆਂ ਵੇਲਡਿੰਗ ਪਲਾਨ ਮੈਨੇਜਮੈਂਟ ਆਧ ਸੇਵਾਵਾਂ ਮੁਹੱਈਆ ਕਰਵਾਉਣ ਲਈ 135 ਯੂ ਐਲ ਵੀਜ਼ ਵਿੱਚ ਈ ਗਵਰਨੈਂਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਡੰਡੀ ਜੋ ਕੇ ਰਾਜ ਵਿੱਚ ਜੀਵਨ ਦੀ ਸਹੂਲਤ ਨੂੰ ਸੁਧਾਰਨ ਵਿੱਚ ਮਦਦ ਕਰੇਗੀ ਡੰਡੀ ਇਸ ਤੋਂ ਇਲਾਵਾ ਕਾਗਜ਼ ਰਹਿਤ ਅਤੇ ਵਾਤਾਵਰਣ ਦੇ ਅਨੁਕੂਲ ਬਣਾਉਣ ਦੇ ਉਦੇਸ਼ ਨਾਲ ਸਾਰੇ ਪ੍ਰਬੰਧਕੀ ਵਿਭਾਗਾਂ ਅਤੇ ਡੀਸੀ ਦਫ਼ਤਰਾਂ ਵਿੱਚ ਇਹ ਦਫ਼ਤਰ ਲਾਗੂ ਕੀਤਾ ਗਿਆ ਹੈ ਡੰਡੀ ਰਾਜ ਸਰਕਾਰ ਸਾਰੇ ਪ੍ਰਬੰਧਕੀ ਵਿਭਾਗਾਂ ਵਿੱਚ ਡਿਜੀਟਲ ਪੰਜਾਬ ਪ੍ਰੋਗਰਾਮ ਤਹਿਤ ਪੰਜਾਬ ਐਂਟਰਪ੍ਰਾਈਜ਼ ਆਰਕਟੈਕਚਰ ਨੂੰ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ ਡੰਡੀ ਇਸ ਤੋਂ ਇਲਾਵਾ ਆਪਣੇ ਨਾਗਰਿਕਾਂ ਨੂੰ ਸਾਰੇ ਦਸਤਾਵੇਜ਼ ਆਪਣੇ ਆਨਲਾਈਨ ਡੀਜੀ ਲਾਕਰ ਖਾਤੇ ਵਿੱਚ ਪਹੁੰਚਾਉਣ ਲਈ ਰਾਜ ਵਿੱਚ ਡੀਜੀ ਲਾਕਰ ਲਾਕਰ ਲਾਗੂ ਕੀਤੇ ਜਾ ਰਹੇ ਹਨ ਡੰਡੀ ਸਾਲ 2021 ਦੌਰਾਨ ਵੱਖ-ਵੱਖ ਈ ਗਵਰਨਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ 68 ਕਰੋੜ ਰੁਪਏ ਦੇ ਖਰਚ ਦਾ ਉਪਬੰਧ ਕੀਤਾ ਗਿਆ ਹੈ ਡੰਡੀ ਰਾਜ ਸਰਕਾਰ ਨੇ ਹਾਲ ਹੀ ਵਿੱਚ ਮਿਤੀ 1/4/2019 ਤੋਂ ਇਸ ਦੇ ਸਾਰੇ NPS ਤਹਿਤ ਆਉਂਦੇ ਕਰਮਚਾਰੀਆਂ ਨੂੰ ਸਰਕਾਰ ਦੇ ਹਿੱਸੇ ਵਜੋਂ ਯੋਗਦਾਨ ਨੂੰ 10% ਤੋਂ ਵਧਾ ਕੇ 14% ਕਰਨ ਸੰਬੰਧੀ ਅਧੀ ਸੂਚਨਾ ਜਾਰੀ ਕੀਤੀ ਹੈ ਡੰਡੀ ਰਾਜ ਨੇ ਐਨ ਪੀ ਐਸ ਅਧੀਨ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਵੀ ਐਕਸ ਗ੍ਰੇਸ਼ੀਆ ਅਤੇ ਡੈਥ ਕਮ ਰਿਟਾਇਰਮੈਂਟ ਗ੍ਰੈਚੁਇਟੀ ਦੇ ਉਪਬੰਧ ਲਾਗੂ ਕਰਨ ਲਈ ਵੀ ਅਧੀ ਸੂਚਨਾ ਜਾਰੀ ਕੀਤੀ ਹੈ ਅਤੇ ਇਸ ਨੂੰ ਇੱਕ ਇੱਕ 2004 ਤੋਂ ਲਾਗੂ ਕੀਤਾ ਜਾਵੇਗਾ ਡੰਡੀ ਸ਼੍ਰੀਮਾਨ ਜੀ ਸਰਕਾਰ ਨੇ ਆਪਣੀਆਂ ਡਿਜੀਟਲ ਪਹਿਲ ਕਦਮੀਆਂ ਦੇ ਇੱਕ ਹਿੱਸੇ ਵਜੋਂ 1 April 2018 ਤੋਂ ਰਾਜ ਦੇ ਸਾਰੇ ਸਰਕਾਰੀ ਕਰਮਚਾਰੀਆਂ ਦਾ ਸਰਵਿਸ ਰਿਕਾਰਡ ਰੱਖਣ ਵਾਲੇ ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ ਡੰਡੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ 10 ਫਰਵਰੀ 2020 ਨੂੰ IHRS ਐਪ ਵੀ ਆਰੰਭ ਕੀਤਾ ਹੈ ਜਿਸ ਰਾਹੀਂ ਸਰਕਾਰੀ ਕਰਮਚਾਰੀ ਅਧਿਕਾਰੀ ਉਸ ਦੇ ਸੇਵਾ ਰਿਕਾਰਡ ਨਾਲ ਸੰਬੰਧਤ ਸਾਰੇ ਬੇਰਵੇ ਇਸ ਐਪ ਰਾਹੀਂ ਵੇਖ ਸਕਦੇ ਹਨ ਡੰਡੀ ਛੇਮਾ ਪੰਜਾਬ ਤਨਖਾਹ ਕਮਿਸ਼ਨ ਮਤੀ 24/2/2016 ਨੂੰ ਇੱਕ ਅਧिसूਚਨਾ ਰਾਹੀਂ ਬਣਾਇਆ ਗਿਆ ਸੀ ਅਤੇ ਇਹ ਨੇੜਲੇ ਭਵਿੱਖ ਵਿੱਚ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗਾ ਡੰਡੀ ਇਸ ਦੇ ਮੱਦੇ ਨਜ਼ਰ ਮੈਂ ਸਾਲ 2021 ਦੇ ਬਜਟ अनुमान ਵਿੱਚ ਜੋਗ ਉਪਬੰਧ ਕੀਤਾ ਹੈ ਡੰਡੀ ਸਰਕਾਰ ਨੇ ਵਿੱਤੀ ਸਾਲ 2013-14 ਤੋਂ 2016-17 ਨਾਲ ਸੰਬੰਧਿਤ ਲੰਬਿਤ ਬੈਟ ਮੁਲਾਂਕਣ ਕੇਸਾਂ ਦਾ ਫੈਸਲਾ ਕਰਨ ਲਈ ਪੰਜਾਬ ਵੈਲਿਊ ਅਡਿਟ ਟੈਕਸ ਐਕਟ 2005 ਦੇ ਤਹਿਤ ਇੱਕ ਨਵੀਂ ਮੁਲਾਂਕਣ ਨੀਤੀ ਨੂੰ ਅਧिसूਚਿਤ ਕੀਤਾ ਹੈ ਡੰਡੀ ਇਸ ਨੀਤੀ ਅਧੀਨ ਛੋਟੇ ਵਪਾਰਕ ادارے ਮੁਲਾਂਕਣ ਤੋਂ ਮੁਕਤ ਹੋ ਜਾਣਗੇ ਅਤੇ 8000 ਵੱਡੇ ਵਪਾਰਕ ਅਦਾਰਿਆਂ ਨੂੰ ਸਾਲ ਵਿੱਚ ਬੈਟ ਅਧੀਨ ਮੁਲਾਂਕਣ ਕੀਤਾ ਜਾਵੇਗਾ ਡੰਡੀ ਨਤੀਜੇ ਵਜੋਂ ਸਾਲ 2013-14 ਤੋਂ ਸਾਲ 2017 ਨਾਲ ਸਬੰਧਿਤ ਕੇਸਾਂ ਦੀ ਗਿਣਤੀ 124000 ਤੋਂ ਘਟ ਕੇ ਲਗਭਗ 30000 ਰਹਿ ਜਾਵੇਗੀ ਡੰਡੀ ਸਟੋਕ